ਵਿਦੇਸ਼ ਜਾਣ ਦੇ ਚੱਕਰਾਂ 'ਚ ਪਨਾਮਾ ਦੇ ਜੰਗਲਾਂ 'ਚ ਫਸ ਗਿਆ ਨੌਜਵਾਨ। ਠੱਗੀ ਮਾਰਨ ਵਾਲੇ ਏਜੰਟ ਨੇ ਡੋਂਕੀ ਰੂਟ ਰਾਹੀਂ ਭੇਜਿਆ ਵਿਦੇਸ਼। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲਾ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋ ਗਿਆ। ਇਸ ਸੰਬੰਧੀ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨਾਲ ਟਰੈਵਲ ਏਜੰਟ ਨੇ ਠੱਗੀ ਮਾਰੀ ਹੈ। 45 ਲੱਖ ਰੁਪਏ ਇਸ ਟਰੈਵਲ ਏਜੰਟ ਵੱਲੋਂ ਲਏ ਗਏ ਸੀ ਅਤੇ ਉਸ ਨੂੰ ਅਮਰੀਕਾ ਭੇਜਣਾ ਸੀ, ਪਰ ਉਸ ਵੱਲੋਂ ਧੋਖੇ ਨਾਲ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਪਨਾਮਾ ਭੇਜ ਦਿੱਤਾ। ਅਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਆਖਰੀ ਵਾਰ ਦਸੰਬਰ ਦੇ ਵਿੱਚ ਗੱਲ ਹੋਈ ਸੀ, ਪਰ ਉਸ ਤੋਂ ਬਾਅਦ ਉਸਦੀ ਕੋਈ ਵੀ ਜਾਣਕਾਰੀ ਨਹੀਂ ਹੈ। ਜਿਸ ਤੋਂ ਬਾਅਦ ਪੁਲਿਸ ਨੇ 2 ਟਰੈਵਲ ਏਜੰਟਾਂ 'ਤੇ 420 ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਦੱਸਦੇ ਕਿ ਟਰੈਵਲ ਏਜੰਟ ਨੂੰ 15 ਲੱਖ ਰੁਪਏ ਇਹਨਾਂ ਪਰਿਵਾਰ ਵੱਲੋਂ ਪਹਿਲਾਂ ਵੀ ਦਿੱਤੇ ਗਏ ਸੀ ਅਤੇ ਬਾਅਦ ਦੇ ਵਿੱਚ ਪੂਰੀ ਰਾਸ਼ੀ ਦਿੱਤੀ ਗਈ ਸੀ, ਅਤੇ 45 ਲੱਖ ਰੁਪਏ ਦੇ ਵਿੱਚ ਅਮਰੀਕਾ ਭੇਜਣਾ ਸੀ, ਪਰ ਧੋਖੇ ਦੇ ਨਾਲ ਉਸ ਨੌਜਵਾਨ ਨੂੰ ਡੋਂਕੀ ਰੂਟ ਦੇ ਰਾਹੀਂ ਵਿਦੇਸ਼ ਭੇਜਿਆ ਗਿਆ, ਜਿੱਥੇ ਜੰਗਲਾਂ ਦਾ ਰਸਤਾ ਸੀ, ਪਰ ਨੌਜਵਾਨ ਉੱਥੇ ਲਾਪਤਾ ਹੋ ਗਿਆ। ਪਰਿਵਾਰ ਦੇ ਨਾਲ ਉਸਦੀ ਹੁਣ ਕੋਈ ਵੀ ਗੱਲਬਾਤ ਨਹੀਂ ਹੋ ਰਹੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ 2 ਟਰੈਵਲ ਏਜੰਟਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਅਤੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਜਾਣ ਦੇ ਚੱਕਰਾਂ 'ਚ ਪਨਾਮਾ ਦੇ ਜੰਗਲਾਂ 'ਚ ਫਸ ਗਿਆ ਨੌਜਵਾਨ। ਠੱਗੀ ਮਾਰਨ ਵਾਲੇ ਏਜੰਟ ਨੇ ਡੋਂਕੀ ਰੂਟ ਰਾਹੀਂ ਭੇਜਿਆ ਵਿਦੇਸ਼। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲਾ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋ ਗਿਆ। ਇਸ ਸੰਬੰਧੀ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨਾਲ ਟਰੈਵਲ ਏਜੰਟ ਨੇ ਠੱਗੀ ਮਾਰੀ ਹੈ। 45 ਲੱਖ ਰੁਪਏ ਇਸ ਟਰੈਵਲ ਏਜੰਟ ਵੱਲੋਂ ਲਏ ਗਏ ਸੀ ਅਤੇ ਉਸ ਨੂੰ ਅਮਰੀਕਾ ਭੇਜਣਾ ਸੀ, ਪਰ ਉਸ ਵੱਲੋਂ ਧੋਖੇ ਨਾਲ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਪਨਾਮਾ ਭੇਜ ਦਿੱਤਾ। ਅਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਆਖਰੀ ਵਾਰ ਦਸੰਬਰ ਦੇ ਵਿੱਚ ਗੱਲ ਹੋਈ ਸੀ, ਪਰ ਉਸ ਤੋਂ ਬਾਅਦ ਉਸਦੀ ਕੋਈ ਵੀ ਜਾਣਕਾਰੀ ਨਹੀਂ ਹੈ। ਜਿਸ ਤੋਂ ਬਾਅਦ ਪੁਲਿਸ ਨੇ 2 ਟਰੈਵਲ ਏਜੰਟਾਂ 'ਤੇ 420 ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਦੱਸਦੇ ਕਿ ਟਰੈਵਲ ਏਜੰਟ ਨੂੰ 15 ਲੱਖ ਰੁਪਏ ਇਹਨਾਂ ਪਰਿਵਾਰ ਵੱਲੋਂ ਪਹਿਲਾਂ ਵੀ ਦਿੱਤੇ ਗਏ ਸੀ ਅਤੇ ਬਾਅਦ ਦੇ ਵਿੱਚ ਪੂਰੀ ਰਾਸ਼ੀ ਦਿੱਤੀ ਗਈ ਸੀ, ਅਤੇ 45 ਲੱਖ ਰੁਪਏ ਦੇ ਵਿੱਚ ਅਮਰੀਕਾ ਭੇਜਣਾ ਸੀ, ਪਰ ਧੋਖੇ ਦੇ ਨਾਲ ਉਸ ਨੌਜਵਾਨ ਨੂੰ ਡੋਂਕੀ ਰੂਟ ਦੇ ਰਾਹੀਂ ਵਿਦੇਸ਼ ਭੇਜਿਆ ਗਿਆ, ਜਿੱਥੇ ਜੰਗਲਾਂ ਦਾ ਰਸਤਾ ਸੀ, ਪਰ ਨੌਜਵਾਨ ਉੱਥੇ ਲਾਪਤਾ ਹੋ ਗਿਆ। ਪਰਿਵਾਰ ਦੇ ਨਾਲ ਉਸਦੀ ਹੁਣ ਕੋਈ ਵੀ ਗੱਲਬਾਤ ਨਹੀਂ ਹੋ ਰਹੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ 2 ਟਰੈਵਲ ਏਜੰਟਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਅਤੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਜਾਣ ਦੇ ਚੱਕਰਾਂ 'ਚ ਪਨਾਮਾ ਦੇ ਜੰਗਲਾਂ 'ਚ ਫਸ ਗਿਆ ਨੌਜਵਾਨ। ਠੱਗੀ ਮਾਰਨ ਵਾਲੇ ਏਜੰਟ ਨੇ ਡੋਂਕੀ ਰੂਟ ਰਾਹੀਂ ਭੇਜਿਆ ਵਿਦੇਸ਼। ਦੱਸਦੇ ਕਿ ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲਾ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ ਹੋ ਗਿਆ। ਇਸ ਸੰਬੰਧੀ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨਾਲ ਟਰੈਵਲ ਏਜੰਟ ਨੇ ਠੱਗੀ ਮਾਰੀ ਹੈ। 45 ਲੱਖ ਰੁਪਏ ਇਸ ਟਰੈਵਲ ਏਜੰਟ ਵੱਲੋਂ ਲਏ ਗਏ ਸੀ ਅਤੇ ਉਸ ਨੂੰ ਅਮਰੀਕਾ ਭੇਜਣਾ ਸੀ, ਪਰ ਉਸ ਵੱਲੋਂ ਧੋਖੇ ਨਾਲ ਨੌਜਵਾਨ ਨੂੰ ਡੰਕੀ ਰੂਟ ਰਾਹੀਂ ਪਨਾਮਾ ਭੇਜ ਦਿੱਤਾ। ਅਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਆਖਰੀ ਵਾਰ ਦਸੰਬਰ ਦੇ ਵਿੱਚ ਗੱਲ ਹੋਈ ਸੀ, ਪਰ ਉਸ ਤੋਂ ਬਾਅਦ ਉਸਦੀ ਕੋਈ ਵੀ ਜਾਣਕਾਰੀ ਨਹੀਂ ਹੈ। ਜਿਸ ਤੋਂ ਬਾਅਦ ਪੁਲਿਸ ਨੇ 2 ਟਰੈਵਲ ਏਜੰਟਾਂ 'ਤੇ 420 ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਦੱਸਦੇ ਕਿ ਟਰੈਵਲ ਏਜੰਟ ਨੂੰ 15 ਲੱਖ ਰੁਪਏ ਇਹਨਾਂ ਪਰਿਵਾਰ ਵੱਲੋਂ ਪਹਿਲਾਂ ਵੀ ਦਿੱਤੇ ਗਏ ਸੀ ਅਤੇ ਬਾਅਦ ਦੇ ਵਿੱਚ ਪੂਰੀ ਰਾਸ਼ੀ ਦਿੱਤੀ ਗਈ ਸੀ, ਅਤੇ 45 ਲੱਖ ਰੁਪਏ ਦੇ ਵਿੱਚ ਅਮਰੀਕਾ ਭੇਜਣਾ ਸੀ, ਪਰ ਧੋਖੇ ਦੇ ਨਾਲ ਉਸ ਨੌਜਵਾਨ ਨੂੰ
ਡੋਂਕੀ ਰੂਟ ਦੇ ਰਾਹੀਂ ਵਿਦੇਸ਼ ਭੇਜਿਆ ਗਿਆ ਜਿੱਥੇ ਜੰਗਲਾਂ ਦਾ ਰਸਤਾ ਸੀ ਪਰ ਨੌਜਵਾਨ ਉੱਥੇ ਲਾਪਤਾ ਹੋ ਗਿਆ। ਪਰਿਵਾਰ ਦੇ ਨਾਲ ਉਸਦੀ ਹੁਣ ਕੋਈ ਵੀ ਗੱਲਬਾਤ ਨਹੀਂ ਹੋ ਰਹੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਦੋ ਟਰੈਵਲ ਏਜੰਟਾਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਅਤੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।